ਤੇ ਕਾਰਲੀ ਦਾ ਇਲੈਕਸ਼ਨ ਕੱਲਿਆਂ ਲੜਿਆ, ਉੱਥੇ ਡਾਕਟਰ ਨਹੀਂ ਸੀ, ਉਹਨੂੰ ਕੱਖ ਨਹੀਂ ਸੀ ਪਤਾ, ਨਾ ਨਾ ਕਰਦੀ ਸੀ ਕਿ ਮੈਂ ਨਹੀਂ ਛੱਡਣਾ, ਇਹਨਾਂ ਕਿਹਾ ਇਹ ਹਾਰੀ ਹੋਈ ਸੀਟ ਹੈ ਮਰਦੇ ਹੋਏ ਦੇਖ। ਉਹ ਪੰਜਵਾਂ ਇਲੈਕਸ਼ਨ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਨੇ ਜਿਤਾਇਆ ਸ੍ਰੀ ਅੰਮ੍ਰਿਤਸਰ ਸਾਹਿਬ 'ਤੇ, ਉਹਨਾਂ ਨੂੰ ਵਿਸ਼ਵਾਸ ਸੀ ਨਵਜੋਤ ਸਿੰਘ ਸਿੱਧੂ ਦੇ ਈਮਾਨ ਦੇ ਉੱਤੇ ਕਿ ਇਸ ਮੱਥੇ 'ਤੇ ਲਿਖਿਆ ਨੋਟ ਫੋਰ ਸੇਲ, ਉਹਨਾਂ ਜਿਤਾਇਆ 10,000 ਦੇ ਉੱਤੇ, ਘਰ ਵਾਲੀ CPS ਬਣ ਗਈ। ਮਤਲਬ ਮੈਂ 7 ਸਾਲ ਦੀ ਪਾਰਟੀ ਛੱਡ ਕੇ, 12 ਸਾਲ ਦੀ ਸੇਵਾ ਛੱਡ ਕੇ ਉਹਨਾਂ ਕੋਲ ਪੰਜਾਬ ਵਾਸਤੇ ਆਇਆ। ਮੈਂ ਕਿਹਾ ਉਹਨਾਂ ਨੂੰ, ਮੈਂ ਕਿਹਾ ਜੀ ਮੈਂ ਤੁਹਾਡੇ ਕੋਲ ਪੰਜਾਬ ਖਾਤਰ ਆਇਆ, ਨੀਚ ਚਿਣ ਦਿਓ, ਜੋ ਮਰਜ਼ੀ ਕਰ ਦਿਓ, ਦੱਸੋ ਕੀ ਚਾਹੁੰਦੇ ਆ। ਕਹਿੰਦਾ ਸਿੱਧੂ ਸਾਹਿਬ ਤੁਮ ਇਲੈਕਸ਼ਨ ਮਤ ਲੜੋ, ਗਰਵਾਲੀ ਕੋ ਲੜਾ ਦੋ, ਹਮ ਉਸਕੋ ਮੰਤਰੀ ਬਣਾ ਦੇਂਗੇ। ਮੇਰਾ ਯਾਰ ਸੀ ਔਖਾ ਹੋ ਗਿਆ, ਕਹਿੰਦਾ ਜੀ ਡਿਸਐਗਰੀ। ਮੈਂ ਕਿਹਾ ਚੁੱਪ, ਮੈਂ ਕਿਹਾ ਯਾਰ ਕੀ ਕਰੀਏ ਨਾ। ਮੈਂ ਕਿਹਾ ਜੀ ਸਤਿ ਸ੍ਰੀ ਅਕਾਲ, ਮੈਂ ਆਇਆ, ਮੇਰੀ ਵਾਈਫ ਦੁਪਹਿਰੇ ਪਹੁੰਚੀ। ਮੈਂ ਕਿਹਾ ਵੀ ਬਣੀ ਸਾਕਸ਼ੀ ਆ ਉਹ ਪਰਮਾਤਮਾ, ਮੈਂ ਕਿਹਾ ਜੋ ਮੇਰੀ ਘਰਵਾਲੀ ਦੇ ਚਿੱਤ ਦੀ ਆਵਾਜ਼ ਹੈ ਨਾ ਉਹ ਮੰਨੀ, ਉਹੀ ਹੋ। ਮੈਂ ਕਿਹਾ ਉਹਨੂੰ ਕਹਿ ਦੇ ਵੀ ਤੈਨੂੰ ਮੰਤਰੀ ਬਣਾਉਂਦੇ ਆ, ਤੇ ਮੈਨੂੰ ਤਾਂ ਕਹਿੰਦੇ ਕੰਪੇਨ ਕਰ, ਡੈਕੋਰੇਸ਼ਨ ਪੀਸ ਪਹਿਲਾਂ ਸੀ ਹੁਣ ਵੀ ਉਹੀ ਰਹਿ। ਹੈਂ ਬਾਜੀ ਸੱਚੀਆਂ ਗੱਲਾਂ ਨੇ, ਸੱਚੀਆਂ ਦਿਲ ਚ ਜਾਂਦੀਆਂ ਠਾ ਕਰਦੀਆਂ। ਹੈਂ ਉਹ ਆਈ, ਉਹਨੂੰ ਅਸੀਂ ਇਹ ਇਨਫੋਰਮੇਸ਼ਨ ਦਿੱਤੀ। ਮੈਂ ਕਿਹਾ ਯਾਰ ਸਮਾਈ ਚ ਮਿਲ ਲਓ। ਕਹਿੰਦੀ ਧਰੂ 4 ਵਾਰ ਦੇ MP ਨੂੰ ਛੱਡ ਕੇ MLA ਨੂੰ ਚੁਣਦਾ, ਵਾਈ ਜੀ ਸੋ ਇਨਸਿਕਿਓਰ, ਇਹ ਉਹਦੇ ਸ਼ਬਦ ਨੇ। ਕਹਿੰਦੀ ਜੜ ਤੋਂ ਬਿਨਾਂ ਪੇੜ ਨਹੀਂ ਹੁੰਦਾ, ਨਾ ਜੜ ਤੋਂ ਬਿਨਾਂ ਫਲ ਹੁੰਦਾ, ਇਹ ਕਿਉਂ? ਇਹ ਤੈਨੂੰ ਰੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਾਹਰ ਰੱਖਣਾ ਚਾਹੁੰਦੇ। ਮੇਰੇ ਗਾਣਾ ਯਾਦ ਆ ਗਿਆ, ਬੋਲੀ ਸੂਰਤ ਦਿਲ ਕੇ ਖੋਟੇ, ਨਾਮ ਬੜੇ ਔਰ ਤਰਛਨ ਛੋਟੇ, ਫੜਦਿਆਂ ਯਾਦ ਆ ਗਿਆ। ਮੈਂ ਲਾਈਨਾਂ ਲਿਖਤੀਆਂ ਟਕਾ ਕੇ ਨਾਲ ਦੀ ਨਾਲ, ਮੇਰੇ ਤਾਂ ਐਂ ਨਿਕਲਦੀਆਂ ਗਰਬੜ ਗਰਬੜ, ਫਟ ਲਿਖਤੀਆਂ। ਇੱਕ ਮਿੰਟ ਤੁਹਾਡੇ ਸਵਾਲ ਨੀ ਬਾਈ ਜੀ, ਮੈਂ ਬੋਲੂ ਫਿਰ ਉਦੋਂ ਬਾਅਦ ਕਰੇ ਸਵਾਲ ਸਵੂਲ ਹਾਲੇ। ਯਾਰ ਤੂੰ ਵੀਰ ਸੁਣ ਲੈ, ਸਾਡੇ ਦਾ ਕੌਣ ਕਰਾਉਂਦਾ, ਮੈਂ ਤਾਂ ਨਹੀਂ ਕਰਾਉਂਦਾ। ਮੈਂ ਲਾਈਨਾਂ ਲਿਖਤੀਆਂ, ਤਾਲੀਮ ਕਾ ਜ਼ੋਰ ਇਤਨਾ, ਤਹਿਜ਼ੀਬ ਕਾ ਸ਼ੋਰ ਇਤਨਾ, ਬਰਕਤ ਕਿਉਂ ਨਹੀਂ ਹੋਤੀ, ਤੁਹਾਡੀ ਨੀਅਤ ਮੇਂ ਖਰਾਬੀ ਹੈ, ਔਰ ਦੇਵਤਾਓਂ ਕੀ ਨੀਅਤ ਮੇਂ ਵੀ ਆ ਜਾਏ ਫਰਕ, ਅਗਰ ਨਜ਼ਾਰਾ ਚਾਹੇ ਜੰਨਤ ਕਾ ਕਿਉਂ ਨਾ ਹੋ, ਕਰਕ ਹੋ ਜਾਏਗਾ। ਚਲੋ ਦੂਰ ਦੇ ਢੋਲ ਸੁਹਾਨੇ ਸੀ, ਅਸੀਂ ਆ ਗਏ, ਗੱਲਾਂ ਬਾਤਾਂ ਚੱਲੀਆਂ। ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਕੇਜਰੀਵਾਲ ਸਾਹਿਬ ਇਹ ਚ ਪ੍ਰਗਟ ਬਾਈ ਦਾ ਵੀ ਬੜਾ ਹੱਥ ਹੈ, ਮੇਰੇ ਨਾਲ ਬੜੀਆਂ ਗੱਲਾਂ ਬਾਤਾਂ ਕਰਦਾ, ਬੜੀਆਂ ਵਧੀਆ ਗੱਲਾਂ ਕਰਦਾ, ਉਹਦੇ ਬੱਬਰ ਸ਼ੇਰ ਨੇ ਧਮਦੇ ਰਹਿੰਦੇ ਆ ਤੁਹਾਨੂੰ, ਹੈ ਕਿ ਨਹੀਂ? ਇਹ ਮੈਨੂੰ ਕਹਿੰਦਾ ਬਾਈ ਮੈਂ ਹਾਂ, ਕਹਿੰਦਾ ਯਾਰ ਇੱਕ ਈਸਟ ਇੰਡੀਆ ਕੰਪਨੀ ਆਈ ਸੀ ਆਪਣੇ। ਮੈਂ ਕਿਹਾ ਆਹੋ। ਕਹਿੰਦਾ ਹੁਣ ਸੈਂਟਰਲ ਇੰਡੀਆ ਕੰਪਨੀ ਆ ਗਈ। ਕਹਿੰਦਾ ਈਸਟ ਇੰਡੀਆ ਕੰਪਨੀ ਨੇ 40,000 ਸਿਪਾਹੀ ਲਿਆ ਕੇ 40 ਕਰੋੜ ਹਿੰਦੁਸਤਾਨੀ ਡਿਵਾਈਡ ਕਰਕੇ ਰਾਜ ਕੀਤਾ ਸੀ, ਤੇ ਸੈਂਟਰਲ ਇੰਡੀਆ ਕੰਪਨੀ ਨੇ 42 ਦਿੱਲੀ ਵਾਲੇ ਭੇਜ ਕੇ ਪੰਜਾਬੀ ਇਕੱਲੇ ਇਕੱਲੇ ਕਰਕੇ ਡਿਵਾਈਡ ਐਂਡ ਰੂਲ ਕਰਕੇ ਰਾਜ ਕਰਕੇ, ਫਰਕ ਕੀ ਹੈ? ਮੈਂ ਕਿਹਾ ਬਾਈ ਕੋਈ ਫਰਕ ਨਹੀਂ, ਮੈਂ ਕਿਹਾ ਕੋਈ ਫਰਕ ਨਹੀਂ। ਤੁਸੀਂ ਕਿਸੇ ਨੂੰ ਪੁੱਛ ਲਓ, ਉੱਥੇ ਦੇ ਆਰ ਟੋਲਡ ਐਂਡ ਨੈਵਰ ਆਸਕ, ਇਕੱਲੇ ਇਕੱਲੇ ਕਰਕੇ। ਇਹਦੀ ਵੀ ਸੁਣ ਲਿਓ, ਮੈਂ ਇਹਤੋਂ ਬਾਅਦ ਮੌਕਾ ਹੀ ਨਹੀਂ ਦਊਂਗਾ, ਇਹਦੀ ਵੀ ਸੁਣ ਲਿਓ, ਇਹ ਵੀ ਤੁਹਾਨੂੰ ਬਾਕੀ ਦੀਆਂ ਰਹਿੰਦੀਆਂ ਖੁੰਦੀਆਂ ਇਹ ਵੀ ਪੂਰੀਆਂ ਕਰ ਦੂੰਗਾ, ਹੈ ਜੀ। ਇੱਕ ਵੱਡੀ ਗੱਲ, ਜਦੋਂ ਪੰਜਾਬੀਆਂ ਦੀ ਹੋਂਦ ਖਤਮ ਹੁੰਦੀ ਦੁੱਖ ਹੁੰਦਾ, ਚਲੋ ਦੁੱਖ ਹੁੰਦਾ। ਕੇਜਰੀਵਾਲ ਸੋਚਦੇ ਆ ਇਸ ਦੁਨੀਆਂ ਚ ਉਹੀ ਇਮਾਨਦਾਰ ਨੇ,
ਉਹ ਤੇ ਇਹ ਉਹਨਾਂ ਦਾ ਹੀ ਕਾਪੀਰਾਈਟ ਹੈ, ਹੋਰ ਤੇ ਦੁਨੀਆਂ 'ਚ ਇਮਾਨਦਾਰ ਹੈ ਹੀ ਕੋਈ। ਤੇ ਕੇਜਰੀਵਾਲ ਸਾਹਿਬ ਇਹ ਬੰਦੇ ਬੈਠੇ ਹੁੰਦੇ, ਠੀਕ ਹੈ, ਇਹਨਾਂ ਦੇ ਉੱਤੇ ਉਂਗਲ ਚੁੱਕ ਦੇਵੇ ਕੋਈ ਕਹਿ ਦੇ। ਤੇ ਤੁਸੀਂ 70 ਸਾਲ ਦੀ ਰਾਜਨੀਤੀ ਦੇ ਵਿੱਚ ਕਿਸੇ ਐਮ ਪੀ ਨੇ ਆਪਣੀ ਜੇਬ 'ਚੋਂ 2.5 ਕਰੋੜ ਰੁਪਈਆ ਆਪਦੀ ਕਮਾਈ ਦਾ ਦਿੱਤਾ ਹੋਵੇ ਤਾਂ ਦੱਸ ਦੀ। ਜਦੋਂ ਅੰਮ੍ਰਿਤਸਰ ਦੇ ਡੀ ਸੀ ਕੋਲ ਪੈਸੇ ਨਹੀਂ ਹੁੰਦੇ ਸੀ ਨਾ, ਤੇ ਮੇਰੀ ਰੂਹ ਰੋਂਦੀ ਸੀ, ਮੈਂ ਰੋਂਦਾ ਹੀ ਮੰਨ ਗਿਆ। ਕੋਟਾ 'ਚ ਗਿਆ, 25-25 ਫੁੱਟ ਦੇ ਢੇਰ ਨੇ, ਮੈਂ ਸੋਲਿਡ ਵੇਸਟ ਮੈਨੇਜਮੈਂਟ ਲਿਆਇਆ, ਇਹਨੂੰ ਪੂਰਾ ਕਰ ਦਿਓ। ਕੋਰਟ ਕਹਿੰਦਾ ਕਾਕਾ ਤੇਰੀ ਸਰਕਾਰ ਰੋਕਦੀ ਹੈ, ਮੈਂ ਕੀ ਕਰਾਂ, ਕਿਤੇ ਤੈਨੂੰ ਅਸੀਂ ਐਂਟਰਟੇਨ ਕਰ ਲੈ, ਤੂੰ ਵੱਡਾ ਨਾਮ ਹੈ। ਇਹੀ 7 ਕਰੋੜ 'ਚ ਭੰਡਾਰੀ ਬ੍ਰਿਜ ਜਿੰਨਾ ਹੈ ਉਹਦੇ ਨਾਲ ਡਬਲ, ਕਹਿੰਦੇ ਜੀ 2 ਲੱਖ ਰੁਪਈਆ ਫੀਸ ਨਹੀਂ ਭਰੀ, ਮੈਂ ਕਿਹਾ ਮੇਰੇ ਤੋਂ ਲੈ ਲਓ, ਕਹਿੰਦੇ ਨਾ ਜੀ, ਗੱਲ ਖਤਮ। ਇਸ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਉਹੀ ਇਮਾਨਦਾਰ ਨੇ, ਇਸ ਦੁਨੀਆਂ ਦੇ ਵਿੱਚ ਹੋਰ ਕੋਈ ਇਮਾਨਦਾਰ ਨਹੀਂ। ਅਸੀਂ ਖੜੇ ਹੀ ਬੁਨਿਆਦ ਇਮਾਨਦਾਰੀ ਦੇ ਉੱਤੇ ਹਾਂ, ਨਿਸਵਾਰਥ ਖੜੇ ਹਾਂ, ਹਰ ਜਗ੍ਹਾ ਦੇ ਉੱਤੇ ਇੱਕੋ ਗੱਲ ਕਹਿੰਦੇ ਹਾਂ ਕਿ ਪੰਜਾਬ ਵਾਸਤੇ ਅਸੀਂ ਮਰਨ ਮਿਟਣ ਨੂੰ ਵੀ ਤਿਆਰ ਹਾਂ, ਕੁਛ ਵੀ ਕਰਨ ਨੂੰ ਤਿਆਰ ਹਾਂ, ਲੇਕਿਨ ਕੋਈ ਕਿਰਾਏ ਤੇ ਸਹੀ। ਇਸ ਸਿਸਟਮ ਐਡਾ ਵੱਡਾ ਹੋ ਕੇ, ਵਨ ਅਪਮੈਨਸ਼ਿਪ ਦਾ ਕ੍ਰੈਡਿਟ ਲੈਣ ਵਾਲਾ ਐਡਾ ਵੱਡਾ ਹੋ ਕੇ ਖੜਾ ਹੋ ਗਿਆ, ਇਹ ਕਿਸੇ ਨੂੰ ਕਰ ਨਹੀਂ ਦਿੰਦਾ ਕੁਛ। ਲਓ ਜੀ, ਇੱਕ ਇਹਨਾਂ ਨੇ ਫਿਰ ਹੋਰ ਮੁਹਿੰਮ ਚਲਾਈ ਹੈ, ਇਹ 25 ਪੇਡ ਪੱਪੂ ਬੁਲਾ ਕੇ ਨਾ ਉਹਨਾਂ ਤੋਂ ਲਿਖਵਾਉਂਦੇ ਸੋਸ਼ਲ ਮੀਡੀਆ, ਇਹ ਨਜ਼ਰਾਂ ਨਹੀਂ ਬਣੀਆਂ ਚੁੱਕਣ ਵਾਸਤੇ, ਇਹ ਤੇ ਬਣੀਆਂ ਨੇ ਸ਼ਹੀਦੀਆਂ ਤੇ ਖੁਮਾਰੀਆਂ ਦੇ ਲਈ, 2 ਕੰਮਾਂ ਵਾਸਤੇ ਕੇਜਰੀਵਾਲ ਸਾਡੇ ਸਿਰ ਬਣੇ, ਜਾਂ ਆਰੀਆਂ ਦੇ ਲਈ ਤੇ ਜਾਂ ਸਰਦਾਰੀਆਂ ਦੇ ਲਈ। ਇਹ ਪੰਜਾਬੀ ਜਮਾਤ ਮੱਸਾ ਰੰਗੜ ਤੋਂ ਨਹੀਂ ਦਬੀ, ਇਹ ਬਾਦਲ ਸਾਹਿਬ ਤੋਂ ਨਹੀਂ ਦਬੀ, ਇਹ ਅਹਿਮਦ ਸ਼ਾਹ ਅਬਦਾਲੀ ਤੋਂ ਨਹੀਂ ਦਬੀ, ਇਹ ਕਿਸੇ ਤੋਂ ਨਹੀਂ ਦਬਣੀ, ਤੇ ਥੋਤੋਂ ਕਿੱਦਾਂ ਦੱਬ ਜੂ? ਪਿਆਰ ਨਾਲ ਜਾਨ ਮੰਗਦੇ ਲੈ ਲੈਂਦੇ। ਲਓ ਮੈਂ ਘੁੱਗੀ ਭਗਵੰਤ ਇਹਨਾਂ ਨੂੰ ਛੋਟੇ ਭਾਈਆਂ ਵਾਂਗ ਗੱਲ ਨੂੰ ਲਾ ਕੇ ਅੱਗੇ ਕੀਤਾ, ਉਹ ਤੁਸੀਂ ਇਹਨਾਂ ਨਾਲ ਖੜਾ ਤਾਂ ਕਰਦੇ, ਆਈ ਵੁੱਡ ਹੈਵ ਮੇਕ ਦੈਮ ਲੁੱਕ ਬੈਟਰ ਐਂਡ ਇਫ ਦੇ ਵੁੱਡ ਹੈਵ ਲੁੱਕ ਬੈਟਰ ਆਈ ਵੁੱਡ ਹੈਵ ਲੁੱਕ ਬੈਟਰ। ਨੋ ਵਨ ਕੈਨ ਵਿਸਲ ਅ ਸਿੰਫਨੀ, ਇਟਸ ਐਨ ਆਰਕੈਸਟਰਾ ਵਿਚ ਪਲੇਜ਼ ਇਟ। ਇਹ 5 ਉਂਗਲੀਆਂ ਛੋਟੀ ਹੈ, ਕੋਈ ਲੰਬੀ ਹੈ, ਕੋਈ ਮੋਟੀ ਹੈ, ਜਦੋਂ ਇਕੱਠੀਆਂ ਹੋ ਜਾਣੀਆਂ ਆਪਣੇ ਆਪ ਨੂੰ 1000 ਗੁਣਾ ਬੋਝ ਚੁੱਕ ਲੈਂਦੀ, ਤੇ ਤੁਸੀਂ ਇਕੱਠੇ ਤਾਂ ਉਹਨਾਂ ਨੂੰ ਕੀ ਕਰਦੇ, ਤੁਸੀਂ ਇਕੱਲੇ ਇਕੱਲੇ ਕਰਦੇ ਹੋ, ਤੁਸੀਂ ਉਹਨਾਂ ਦੀ ਹੂੰ ਵੀ ਮੁਕਾਤੀ, ਤੁਹਾਨੂੰ ਯੈਸ ਮੈਨ ਚਾਹੀਦੇ ਆ, ਤੁਸੀਂ ਅਨਾਰਕੀ ਹੋ ਇੱਕ ਡੈਮੋਕਰੇਸੀ ਦੇ ਚੋਗੇ 'ਚ, 3 ਬੰਦੇ ਚਲਾਉਂਦੇ ਆ 3 ਕਰੋੜ ਪੰਜਾਬੀਆਂ, ਹੱਦੀ ਕਰਤੀ ਯਾਰ, ਹੈਂ, ਇਹ ਕੋਈ ਗੱਲ ਹੋਈ? ਫਿਰ ਬੋਲੀ ਜਾਣਗੇ ਕੁਛ, ਸੁਰਲੀਆਂ ਛੱਡੀ ਜਾਣਗੇ ਕੁਛ, ਹੋਰ ਕਹਿ ਦਿੰਦੇ ਤਾਂ ਚਲੋ ਠੀਕ ਸੀ, ਇਹ ਕੀ ਕਹਿ ਰਹੇ ਆ ਤੁਸੀਂ ਦੇਖੋ। ਚਲੋ ਅਸੀਂ ਕਹਿੰਦੇ ਹਾਂ ਭਾਈ ਤੁਹਾਡੀ ਮਰਜ਼ੀ ਹੈ, ਸਾਨੂੰ ਤਾਂ ਇੱਕ ਰੋਗ ਹੈ ਹੀ ਨਹੀਂ ਦੁਨੀਆਂ ਮੇਂ, ਸਭ ਸੇ ਬੜਾ ਰੋਗ ਮੈਂ ਕਹਿੰਦਾ ਮੇਰੇ ਬਾਰੇ ਮੈਂ ਕਿਆ ਕਹੇਂਗੇ ਲੋਕ, ਹਾਥੀ ਚੱਲੇ ਵਿੱਚ ਬਾਜ਼ਾਰ ਤੇ ਬਹੁਤ ਹੋਵੇ 1000, ਸਾਨੂੰ ਤਾਂ ਫਰਕ ਨਹੀਂ ਪੈਂਦਾ, ਕੋਈ ਸਾਡੀ ਕੌਨਸ਼ੀਅੰਸ ਬਿਲਕੁਲ ਕਲੀਅਰ ਹੈ, ਤੇ ਪੰਜਾਬ ਜਿਹੜਾ ਉਹ ਇਹ ਜਾਣਦਾ ਔਰ ਇਹ ਪਛਾਣਦਾ ਕਿ ਕੌਣ ਕਿੱਥੇ ਖੜਾ, ਉਹਨੂੰ ਪਰਖ ਹੈ, ਪੰਜਾਬ ਨੂੰ ਇਸ ਗੱਲ ਦੀ ਪਰਖ ਹੈ। ਸੋ ਇਸ ਕਰਕੇ ਵੀਰੋ ਅੱਜ ਤੁਹਾਨੂੰ ਸਾਰਾ ਕੁਛ ਵਿਸਤਾਰ ਚ ਦੱਸਤਾ, ਔਰ ਇੰਨਾ ਹੀ ਕਹੂੰਗਾ ਕਿ ਅਹੰਕਾਰ ਨਹੀਂ ਸਹਿੰਦਾ ਲੋਕਤੰਤਰ, ਅਹੰਕਾਰ ਨਹੀਂ ਸਹਿੰਦਾ ਲੋਕਤੰਤਰ, ਇਹਦੇ ਝੁਕਿਆਂ ਹੋਇਆਂ ਨੂੰ ਗੱਲ ਨੂੰ ਲਾਉਂਦਾ, ਔਰ ਝੁਕਤੇ ਵੋ ਹੈ ਜਿਨਮੇਂ ਜਾਨ ਹੋਤੀ ਹੈ, ਅਕੜਨਾ ਤੋਂ ਮੁਰਦੋਂ ਕੀ ਪਹਿਚਾਨ ਹੋਤੀ ਹੈ। ਇਸ ਕਰਕੇ ਮੈਂ ਆਪਦੀ ਗੱਲ ਨੂੰ ਇੱਥੇ ਸਮਾਪਤ ਕਰਦਾ, ਤੁਹਾਨੂੰ ਅੱਜ ਬੜਾ ਕੁਛ ਦੱਸ ਦਿੱਤਾ ਮੈਂ, ਤੇ ਇੱਕ ਮਿੰਟ ਬਾਈ ਜੀ, ਇੱਕ ਮਿੰਟ ਥੋੜਾ ਜਿਹਾ ਮੈਂ ਗੱਲ ਖਤਮ ਕਰਦਾ, ਇਹਨਾਂ ਠੀਕ ਨਹੀਂ ਉਹ ਠੀਕ ਨਹੀਂ ਆ ਨਹੀਂ ਠੀਕ
ਮੈਂ ਜਵਾਬ ਦੇ ਦੇਣਾ, ਜਵਾਬ ਦੇ ਦੇਣਾ, ਇਹਦਾ ਜਵਾਬ ਦੇ ਕੇ ਫਿਰ ਕਰਨਾ। ਦੇਖੋ ਜੀ, ਐਟ ਦਿਸ ਸਟੇਜ ਆਵਾਜ਼ੇ ਪੰਜਾਬ ਇਜ਼ ਨਾਟ ਅ ਪਾਰਟੀ, ਠੀਕ ਹੈ ਜੀ। ਇਟ ਇਜ਼ ਅ ਫੋਰਮ ਫੋਰ ਲਾਈਕ ਮਾਈਂਡਡ ਗੁੱਡ ਪੰਜਾਬ ਕਮ ਫੋਰਵਰਡ। ਦੇਖੋ ਮੈਂ, ਦੇਖੋ ਇੰਨੀ ਛੇਤੀ ਕੋਈ ਚੀਜ਼ ਅਸੀਂ ਦੱਸੀਏ, ਦੱਸ ਦਿਨ ਸਾਨੂੰ ਵੀ ਦੇ ਦਿਓ ਯਾਰ, ਤੁਸੀਂ ਲੋਕਾਂ ਨੂੰ ਚਾਲੀ ਚਾਲੀ ਪੰਜਾਹ ਪੰਜਾਹ ਸਾਲ ਦੇ ਸਾਨੂੰ ਦੱਸ ਦਿਨ ਮਾਲ ਕਰੀਏ ਨਾ, ਫਿਰ ਇਹ ਤੇ ਗੱਲ ਉਹੀ ਹੋ ਗਈ ਨਾ, ਗੇਹੂੰ ਖੇਤ ਮੁੰਡਾ ਪੇਟ ਆ ਜਵਾਈਆ ਮੁੰਡੇ ਖਾ। ਮਤਲਬ ਅਸੀਂ ਨੋ ਸਰ, ਯੂ ਕੈਨ ਮੇਕ ਐਨੀ ਹੈਡਲਾਈਨ ਬਟ ਆਈ ਟੈਲ ਯੂ ਵਿਲ ਟੇਕ 15 ਡੇਜ਼ ਐਂਡ ਕਨਵੇਟ ਯੂ। ਅਸੀਂ ਪੰਜਾਬ ਦੇ ਹਿੱਤ ਚ ਨਿਰਣਾ ਲਵਾਂਗੇ ਭਾਜੀ, ਅਸੀਂ ਪੰਜਾਬ ਦੇ ਲਈ ਕੁਛ ਵੀ ਕਰਨ ਨੂੰ ਤਿਆਰ ਹਾਂ, ਅਸੀਂ ਪੰਜਾਬ ਦੇ ਹਿੱਤ ਚ ਨਿਰਣੇ ਲਵਾਂਗੇ। ਤੁਹਾਨੂੰ ਅਸੀਂ 15-20 ਦਿਨਾਂ ਦੇ ਵਿੱਚ ਪੂਰਾ ਨਿਰਣੇ ਦੱਸ ਦਾਂਗੇ, ਠੋਕ ਕੇ ਵੀ ਆਏ ਹਾਂ ਜੀ ਇਉਂ ਹੈ। ਇੱਕ ਓਵਰਵੈਲਮਿੰਗ ਰਿਸਪੋਂਸ ਹੈ, ਉਸ ਰਿਸਪੋਂਸ ਨੂੰ ਇੱਕ ਮਿੰਟ ਭਾਜੀ, ਉਸ ਰਿਸਪੋਂਸ ਨੂੰ ਪੰਜਾਬ ਦੇ ਭਲੇ ਲਈ ਕਿੱਦਾਂ ਚੈਨਲਾਈਜ਼ ਕਰਨਾ ਉਹ ਦੇਖਣਾ, ਬਾਕੀ ਕੁਛ ਫੈਸਲੇ ਆਪਾਂ ਲੋਕਾਂ ਦੇ ਛੱਡੀਏ। ਦੇਖੋ ਭਾਜੀ, ਲੋਕ ਬਣਾਉਂਦੇ ਆ, ਲੋਕ ਹਟਾਉਂਦੇ ਆ। ਹੁਣ ਮੈਂ ਇਹਨਾਂ ਨੂੰ ਦਿੰਦਾ, ਉਹ ਤੋਂ ਬਾਅਦ ਤੁਹਾਡੀ ਸਵਾਲ, ਇੱਕ ਮਿੰਟ ਇੱਕ ਬਾਈ, ਯਾਰ ਇੱਕ ਗੱਲ ਦੱਸੋ, ਮੈਂ 12 ਸਵਾਲਾਂ ਦਾ ਸਵਾਲ ਇਕੱਠਾ ਕਿਵੇਂ ਦੇ ਸਕਦਾ? ਇਹਨਾਂ ਦਾ ਸਵਾਲ ਦਾ ਮੈਨੂੰ ਪਤਾ ਵੀ ਨਹੀਂ ਲੱਗਣਾ। ਮੈਂ ਕੀ ਕਹਾਂ, ਖੌਰੂ ਪੈ ਗਿਆ ਓਏ।